ਹੁਸ਼ਿਆਰਪੁਰ ਦੇ ਮੁਕੇਰੀਆ ਅਧੀਨ ਆਉਂਦੇ ਪਿੰਡ ਮਹਤਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਲਈ ਆਏ 13,80,000 ਰੁਪਏ ਦੇ ਫੰਡ ਵਿੱਚ ਸਕੂਲ ਇੰਚਾਰਜ ਜਸਵੀਰ ਸਿੰਘ ਉੱਤੇ ਫੰਡ ਵਿੱਚ ਹੇਰਾਫੇਰੀ ਕਰਨ ਦੇ ਇਲਜ਼ਾਮ ਲੱਗੇ ਹਨ ਜਿਸ ਦੀ ਜਾਂਚ ਜ਼ਿਲ੍ਹਾ ਸਿੱਖਿਆ ਅਫਸਰ ਕਰ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਸਿੱਖਿਆ ਵਿਭਾਗ ਦੇ ਇੱਕ ਟੀਮ ਸਕੂਲ ਵਿੱਚ ਪਹੁੰਚੀ ਜਿੱਥੇ ਰਿਕਾਰਡ ਦੀ ਜਾਂਚ ਅਤੇ ਆਰੋਪੀ ਅਧਿਆਪਕ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਮੀਡੀਆ ਨੂੰ ਸਕੂਲ ਵਿੱਚ ਵੇਖ ਅਧਿਆਪਕ ਮੌਕੇ ਤੋਂ ਫਰਾਰ ਹੋ ਗਿਆ। ਜਿਹੜਾ ਰਿਕਾਰਡ ਦੇ ਨਾਲ ਛੇੜਖਾਨੀ ਕੀ ਹੈ ਪੂਰਾ ਮਾਮਲਾ? ਇਹ ਸਰ ਕਹਿੰਦੇ ਜੀ ਚੋਰੀ ਹੋਈ ਹੈ ਕਿ ਰਿਕਾਰਡ ਜਿਹੜਾ ਮੈਂ ਮੰਗਿਆ ਇਹਨਾਂ ਕੋਲ ਆਰਟੀਆਈ ਥਰੂ, ਇਹ ਕਹਿੰਦੇ ਕਿ ਚੋਰੀ ਹੋ ਗਿਆ ਵਾ। ਕਿਸ ਤਰ੍ਹਾਂ ਦਾ ਰਿਕਾਰਡ ਮੰਗਿਆ ਸੀ? ਕਿ ਆਹ ਜਿਹੜੀ 13 ਲੱਖ ਦੀ ਗਰਾਂਟ ਆਈ ਆ ਚਾਰ ਦੁਆਰੀ ਲਈ, ਇਹਦਾ ਮੈਨੂੰ ਦੱਸਿਆ ਜਾਏ ਸਾਰਾ ਹਿਸਾਬ ਕਿਤਾਬ ਕੀ ਹੈ ਜੀ। ਇਹ ਕਹਿੰਦੇ ਸਰ ਚੋਰੀ ਹੋ ਗਿਆ ਵਾ ਜਿਹੜੇ ਦੂਸਰੇ ਜਸਵੀਰ ਜੀ, ਅਤੇ ਮੈਂ ਉਹੀ ਰਿਕਾਰਡ ਇਹਨਾਂ ਕੋਲ ਮੰਗਿਆ ਵਾ। ਇਹ ਬਸ ਇੱਕੋ ਹੀ ਆ, ਇਹਨਾਂ ਇਕੱਲਿਆਂ ਨੂੰ ਪਤਾ ਵਾ ਕਿ ਇਹ ਨਾ ਕੋਈ FIR ਆ, FIR ਇਹ ਕਹਿੰਦੇ ਔਨਲਾਈਨ ਕਰਾਈ ਆ। ਅੱਜ ਜਿਹੜੀ ਇਨਕੁਆਇਰੀ ਹੋਈ ਉਹਦੇ ਵਿੱਚ ਤੁਸੀਂ ਵੀ ਸ਼ਾਮਿਲ ਸੀ, ਕੀ ਆਇਆ ਉਹਦੇ ਵਿੱਚ ਸਾਹਮਣੇ? ਕੀ ਉਹਦੇ ਵਿੱਚ ਉਹਨਾਂ ਨੇ ਲਿਖਤੀ ਲੈ ਲਿਆ ਜੀ, ਬਾਕੀ ਜਿਹੜਾ ਸਟਾਫ ਸੀਗਾ ਉਹਨਾਂ ਨੂੰ ਪਤਾ ਪੁੱਛਿਆ ਗਿਆ ਵਾ ਕਿ ਹਾਂ ਜੀ ਚੋਰੀ ਹੋਈ ਆ। ਸਟਾਫ ਕਹਿੰਦਾ ਜੀ ਸਾਨੂੰ ਤਾਂ ਪਤਾ ਨਹੀਂ ਕਿਸੇ ਚੋਰੀ ਦਾ, ਅਤੇ ਅਸੀਂ ਸਟਾਫ ਨੂੰ ਪੁੱਛਿਆ ਕਿ ਰਿਕਾਰਡ, ਉਹ ਕਹਿੰਦੇ ਸਾਨੂੰ ਦੇਖ ਨਹੀਂ ਗਿਆ, ਅਸੀਂ 2-3 ਵਾਰੀ ਇਹਨਾਂ ਨੂੰ ਪੁੱਛ ਕੇ ਗਏ ਹਾਂ ਪਹਿਲਾਂ ਵੀ, ਅਤੇ ਸਟਾਫ ਨੇ ਲਿਖ ਕੇ ਦਿੱਤਾ ਵਾ ਸਾਨੂੰ ਕਿ ਸਾਨੂੰ ਇਹ ਸਰ ਜਾਣ ਲੱਗੇ ਰਿਕਾਰਡ ਨਹੀਂ ਕੋਈ ਦੇਖ ਗਏ। ਠੀਕ, ਤੁਸੀਂ ਕੀ ਮੰਨਦੇ ਹੋ? ਸਰ ਅਸੀਂ ਮੰਨਦੇ ਨਹੀਂ ਹੈਗੇ ਕਿ ਰਿਕਾਰਡ ਚੋਰੀ ਹੋਇਆ, ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ। ਉਹ ਤੋਂ ਜਿਹੜੀ ਧਿਰ ਹੈਗੀ ਜਦੋਂ ਇਨਕੁਆਇਰੀ ਸੀ ਅੱਜ, ਉਹ ਕਹਿ ਰਹੀ ਕਿ ਰਿਕਾਰਡ ਚੋਰੀ ਹੋ ਗਿਆ, ਅਤੇ ਉਹ ਬਕਾਇਦਾ ਕੋਈ ਜਿਹੜਾ ਔਨਲਾਈਨ ਕਹਿੰਦੇ ਅਸੀਂ ਉਹਦੀ FIR ਦਰਜ ਕਰਵਾਈ ਆ, ਅਤੇ ਮਹਿਕਮੇ ਨੂੰ ਜੋ ਵੀ ਆ ਸਮੇਂ ਸਮੇਂ 'ਤੇ ਲਿਖ ਕੇ ਦਿੰਦੇ ਰਹੇ। ਹੁਣ ਮਹਿਕਮੇ ਨੇ ਉੱਤੇ ਕੀ ਕਾਰਵਾਈ ਕੀਤੀ ਆ, ਉਹ ਹੁਣ ਫਿਰ ਦੁਬਾਰਾ ਇਨਕੁਆਇਰੀ ਆਈ ਹੈ। ਕੀ ਲੱਗਦਾ ਕਿ ਜਿਹੜਾ ਹੈਗਾ ਜਿਹੜਾ ਵਿਦਡਰਾ ਕੀਤੀ ਗਈ ਮਨੀ ਹੈ ਉਸ ਨੂੰ ਕਿਤੇ ਨਾ ਕਿਤੇ ਜਿਹੜਾ ਗਲਤ ਇਸਤੇਮਾਲ ਕੀਤਾ ਗਿਆ? ਸਰ ਕੀਤਾ ਹੀ ਉਹਨੇ ਸਾਰਾ ਆਪਣੀ ਦੇਖ ਰੇਖ ਦੇ ਵਿੱਚ, ਨਾ ਤਾਂ ਅਸੀਂ ਉਹਦੇ ਪਰਚੇਜ ਕਮੇਟੀ ਦੇ ਵਿੱਚ ਹੈਗੇ ਸੀਗੇ, ਅਤੇ ਹੋਰ ਉਹਨੇ ਕਿਹੜੇ ਕਿਹੜੇ ਪਾਏ ਸੀ ਵੀ ਉਹਦੇ ਬਾਰੇ ਉਹੀ ਜਾਣਦਾ ਸੀਗਾ। ਅਤੇ ਜਿਹੜੀ ਹੈ ਅੱਗੇ ਵੀ 3-4 ਵਾਰ ਤਾਂ ਇਨਕੁਆਇਰੀ ਅੱਗੇ ਵੀ ਹੋ ਚੁੱਕੀ ਹੈ, ਅਤੇ ਉਹਦਾ ਨਤੀਜਾ ਜਿਹੜਾ ਕੀ ਨਿਕਲਿਆ ਹੁਣ ਇਹ ਤਾਂ ਉਹੀ ਜਾਣਦੇ, ਅਤੇ ਹੁਣ ਵੀ ਇਨਕੁਆਇਰੀ ਹੋਈ। ਠੀਕ ਹੈ, ਕੀ ਲੱਗਦਾ ਕਿ ਜਿਹੜਾ ਇਹ ਪੈਸੇ ਦੇ ਵਿੱਚ ਕਿਤੇ ਨਾ ਕਿਤੇ? ਨਹੀਂ ਦੇਖੋ, ਅਜੇ ਤੱਕ ਕੁਛ ਨਹੀਂ ਕਿਹਾ ਜਾ ਸਕਦਾ। ਮੈਂ ਦੋਨਾਂ ਧਿਰਾਂ ਦੀਆਂ ਸਟੇਟਮੈਂਟਸ ਲੈ ਲਈਆਂ, ਸਟੇਟਮੈਂਟ ਲੈਣ ਤੋਂ ਬਾਅਦ ਮੈਂ ਬੈਠ ਕੇ ਸਾਰਾ ਦੇਖਾਂਗਾ, ਕਿਉਂਕਿ ਇਹ ਟੈਕਨੀਕਲੀ ਹੈ, ਚਾਰ ਦੁਆਰੀ ਟੈਕਨੀਕਲੀ ਬਣੀ ਹੈ, ਕਿਉਂਕਿ ਇਹਦੇ 'ਚ ਟੈਕਨੀਕਲੀ ਅਸੈਸਮੈਂਟ ਲੱਗਣੀ ਹੈ, ਅਸੈਸਮੈਂਟ ਤੋਂ ਬਾਅਦ ਹੀ ਕੁਛ ਕਿਹਾ ਜਾ ਸਕਦਾ। ਜੇਕਰ ਰਿਕਾਰਡ ਦੀ ਚੋਰੀ ਹੋਣਾ ਹੀ ਖਾਸ ਗੱਲ ਰਹੀ ਹੈ ਜਾਂ ਇਹਦੇ ਵਿੱਚ ਹੋਰ ਵੀ ਕੁਛ? ਨਹੀਂ, ਹੋਰ ਕੁਝ ਨਹੀਂ ਹੈ, ਉਹ ਤਾਂ ਉਹਦੀ FIR ਦਰਜ ਹੋਈ ਹੈ ਰਿਕਾਰਡ ਚੋਰੀ। ਹੁਸ਼ਿਆਰਪੁਰ ਤੋਂ ਚੋਨੀ ਗੇਰਾ ਦੀ ਰਿਪੋਰਟ।